ਕੀਤਾ ਜਾਵੇ ਕੰਟਰੋਲ ਹੁੰਦਾ ਕੰਟਰੋਲ ਓਏ ਹਾਂ ਪਰ
शिक्षा यानी के सही स्कूली शिक्षा जड़ी तैनू बड़ी मिला और तैनू के पता मेरे मैं आपके स्कूल दे समय नच के लाते हैं घूमता सी हाँ सब तो पहले मैं सवेरे उठ के ते चमते स्कूल जाता सी हाँ तो फिर मैं ते चमते स्कूल दी कैंडी ना पकी ना मैंने देख लिया आया ना ही नहीं जाते जाते ही करा नहीं तो पढ़ लेके कर ना कर बने ना होंगे पर पूरी तरह नहीं समझा थोड़ा डिलीट से समझा दे और नाले डिलीट नहीं होता कि तेल होता यार समझा दे एक बार यार चल तैनू मैं पहला दिखाऊंगा बच्चियां दे बीच फर्क हां ये ठीक है तू आप पे समझ ले ठीक है चल चल बेटा जी मैंने कोई गाना सुनाओगे गाना जी हाँ वधिया देशभक्ति वाला सुनो जी सुनाओ
ਉਹ 16ਵਾਂ ਵੀ ਟੱਪਿਆ ਹਾ ਓਏ ਉਹ 17ਵਾਂ ਵੀ ਟੱਪਿਆ ਹਾ ਜਿੱਚੇ ਉਹ 18ਵੇਂ ਚ ਮੁੰਡਾ 15 ਹੋ ਗਿਆ ਓਏ ਅੱਠਾ ਓਏ ਜੇ ਹੋ ਜੇ ਤੁਹਾਡੇ ਹਾਲ ਮਹਿਲਾ ਦਾ 20ਵੇਂ 21ਵੇਂ ਚ ਤੁਹਾਡਾ ਭੋਗ ਵੀ ਪੈ ਜੂਗਾ ਨਹੀਂ ਖਾਂਦਾ ਇਹ ਯਾਰ ਦੇਸ਼ ਭਗਤੀ ਵਾਲੇ ਜਾਣੇ ਇਹੋ ਜਿਹੇ ਹੁੰਦੇ ਆ ਇੱਕ ਹੋਰ ਆਉਂਦਾ ਜੀ ਸੁਣ ਲਓ ਕੀ ਪਤਾ ਪਸੰਦਾ ਜੀ ਅਸਰਾ ਦੇ ਚੱਲ ਉਹ ਜੇਲਾਂ ਚ ਚਪੋਣੇ ਆਉਣਗੇ ਨਾ ਪਰ ਕੀ ਨਾ ਭਾਈ ਤੁਸੀਂ ਮੇਰਾ ਸਬਰ ਨਾ ਪਰ ਕਹਿ ਰਹੇ ਇੰਨੇ ਪਵਿੱਤਰ ਬੋਲ ਕਿੱਥੇ ਸੁਣੇ ਜਾਂਦੇ ਆ ਪਸੰਦ ਆਏ ਜੀ ਪਸੰਦ ਕੀ ਮਨ ਨੂੰ ਠੰਡ ਪਾਤੀ ਅੱਛਾ ਜੀ ਹੋਰ ਸਰ ਵਧੀਆ ਗੱਲ ਜੀ ਬਸ ਹੋਰ ਨਾ ਕਹੀਂ ਠੀਕ ਹੈ ਜੀ ਉਹ ਯਾਰ ਵਾਕਈ ਯਾਰ ਇਹ ਤਾਂ ਬਹੁਤ ਜ਼ਿਆਦਾ ਫਰਕ ਹੈ ਭਾਈ ਬੜਾ ਫਰਕ ਹੈ ਪਰ ਯਾਰ ਇੰਨਾ ਫਰਕ ਹੈ ਕਿਉਂ ਕਿਉਂਕਿ ਇਹਨਾਂ ਦੇ ਸਕੂਲ ਚ ਫਰਕ ਹੈ ਸਕੂਲ ਚ ਇਹਨਾਂ ਦੇ ਘਰ ਦੇ ਮਾਹੌਲ ਚ ਫਰਕ ਹੈ ਸਕੂਲ ਚ ਫਰਕ ਹੈ ਹਾਂ ਉਹ ਕਿਵੇਂ ਲੈ ਤੈਨੂੰ ਇਹਨਾਂ ਬੱਚਿਆਂ ਦੇ ਸਕੂਲ ਲੈ ਕੇ ਜਾਂਦਾ ਹਾਂ ਫਿਰ ਤੈਨੂੰ ਪਤਾ ਲੱਗੂ ਵੀ ਫਰਕ ਕੀ ਹੈ ਬਿਲਕੁਲ ਸਹੀ ਹੈ ਚੱਲ ਚੱਲ ਗੁੱਡ ਮਾਰਨਿੰਗ ਟੀਚਰ ਗੁੱਡ ਮਾਰਨਿੰਗ ਬੇਟਾ ਬੇਟਾ ਕੱਲ ਜਿਹੜਾ ਮੈਂ ਚੈਪਟਰ ਕਰਾਇਆ ਸੀ ਪੂਰਾ ਯਾਦ ਹੈ ਯੈਸ ਸਰ ਮੈਂ ਉਹਨੇ ਟੈਸਟ ਲੈ ਰਿਹਾ ਨਾ ਯੈਸ ਸਰ ਆਫ ਕੋਰਸ ਐਨੀ ਕੁਐਸਚਨ ਨੋ ਸਰ ਐਨੀ ਡਾਊਟ ਨੋ ਸਰ ਵੈਰੀ ਗੁੱਡ ਸਿਟ ਡਾਊਨ ਬੇਟਾ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਸਰ ਜੀ ਤੁਸੀਂ ਵਾਲੇ ਕੰਜਰ ਦੇ ਆ ਅੱਜ ਕੱਲ ਕੋਚਰ ਤਰ੍ਹਾਂ ਹੀ ਸਮਝ ਇੱਧਰ ਆ ਕੇ ਦੱਸ ਕੀ ਕਰਾਇਆ ਸੀ ਦਿਖਾ ਆ ਵਾਲੇ ਦੇਖੀ ਤੇ ਨਾਲੇ ਤਾਂ ਕੱਲ ਕਰਾਇਆ ਸੀ ਕਲਾਸ ਚ ਹੋਈ ਉਦੋਂ ਧਿਆਨ ਕਿੱਥੇ ਸੀ ਤੂੰ ਨਾ ਕਦੇ ਮੇਰੇ ਨਾਲ ਸਹਿਮਤ ਨੀ ਹੁੰਦੀ ਮੈਂ ਤੈਨੂੰ ਕਿੰਨੇ ਵਾਰੀ ਕੁਝ ਨੀ ਬੇਟਾ ਅਸੀਂ ਤਾਂ ਇਹ ਡਿਸਕਸ ਕਰ ਰਹੇ ਸੀ ਕਿ ਸਾਡਾ ਬੇਟਾ ਕਿਹੜੇ ਸਬਜੈਕਟ ਤੋਂ ਬਾਅਦ ਨੰਬਰ ਲਓ ਮੈਥ ਕਿ ਸਾਇੰਸ ਓਹ ਪਾਪਾ ਡੋਨਟ ਵਰੀ ਇਸ ਵਾਰ ਮੈਂ ਦੋਨਾਂ ਸਬਜੈਕਟਾਂ ਟੌਪ ਕਰਨਾ ਸਾਇੰਸ ਚ ਵੀ ਤੇ ਮੈਥ ਚ ਵੀ ਵੈਰੀ ਗੁੱਡ ਠੀਕ ਹੈ ਪਾਪਾ ਇਹ ਪੜ੍ਹਦੀ ਆ ਲੈ ਆ ਰੋਟੀ ਰੋਟੀ ਲਿਆਉਣ ਲੱਗ ਪਈ ਹੈ ਕਿ ਕਣਕ ਬੀਜਣ ਲੱਗ ਪਈ ਹੈ ਠੀਕ ਹੈ ਦਾਰੂ ਆਦੀ ਬਿਨਾ ਆਦੀ ਤੇਰੇ ਪੇਕਿਆਂ ਨੂੰ ਨਹੀਂ ਲੈ ਕੇ ਆਉਂਦਾ ਦੂਜੇ ਦਿਨ ਹੀ ਹੁੰਦਾ ਪੇਪਰ ਮੈਂ ਫੇਰ ਚੱਲ ਸਰ ਮੇਰੇ ਜੋ ਸੋ ਤੂੰ ਪਾਇਆ ਕਰ ਜੋ ਸੋ ਮੈਂ ਆਪਾਂ ਅੰਗਰੇਜ਼ੀ ਪਿਆ ਕਰਾਂਗੇ ਲੈਣਾ ਪੜ ਕੇ ਇਮਾਨਦਾਰੀ ਸੱਚ ਬੋਲਣਾ ਇਹ ਸਿਖਾਉਣਾ ਹੁੰਦਾ ਸਕੂਲ ਬੱਚੇ ਨੂੰ ਡਾਕਟਰ ਇੰਜੀਨੀਅਰ ਦੇ ਨਾਲ ਨਾਲ ਦੇਸ਼ ਦਾ ਚੰਗਾ ਨਾਗਰਿਕ ਤੇ ਸੱਚਾ ਸੁੱਚਾ ਇਨਸਾਨ ਬਣਾਉਣਾ ਆਹ ਹੁੰਦਾ ਸਕੂਲ ਦਾ ਫਰਕ ਗੱਲ ਤਾਂ ਮੇਰੀ ਸਹੀ ਹੈ ਹਾਂ ਪਰ ਯਾਰ ਇਹੋ ਜਿਹਾ ਸਕੂਲ ਹੈ ਕਿੱਥੇ ਹੋਣਾ ਇਹੋ ਜਿਹਾ ਸਕੂਲ ਇਹੋ ਜਿਹਾ ਸਕੂਲ ਖੁੱਲ ਰਿਹਾ ਹੈ ਕਿੱਥੇ ਆਪਣੇ ਪਿੰਡ ਮਲੂਕੇ ਮਲੂਕੇ ਕੀ ਨਾਮ ਹੈ ਸਕੂਲ ਦਾ ਸਕੂਲ ਦਾ ਨਾਮ ਹੈ BBS ਇੰਡੋ ਕੈਨੇਡੀਅਨ ਸਕੂਲ ਅੱਛਾ ਹਾਂ ਇਹ ਬੜੇ ਨੇ ਕਿਹੜੀ ਖਾਸ ਗੱਲ ਹੈ ਉਹ ਇਹ ਚ ਬੜੀਆਂ ਖਾਸ ਗੱਲ ਹੈ ਅੱਛਾ ਹਾਂ ਕਿਹੜੀਆਂ ਕਿਹੜੀਆਂ ਲੈ ਦੱਸਣ ਹੈ ਚੱਲ ਲਓ ਜੀ ਇਸ ਸਕੂਲ ਦੀ ਸਭ ਤੋਂ ਪਹਿਲੀ ਵਿਸ਼ੇਸ਼ਤਾ ਇਹ ਕਿ ਇਸ ਸਕੂਲ ਵਿੱਚ ਵਿਦੇਸ਼ ਪੱਧਰੀ ਸਿੱਖਿਆ ਦਿੱਤੀ ਜਾਵੇਗੀ ਤੇ ਤੁਸੀਂ ਕੈਨੇਡਾ ਪੜ੍ਹਨ ਲਈ ਕਦੋਂ ਜਾਣਾ ਤੇ ਕਿੱਥੇ ਜਾਣਾ ਤੇ ਕਿਵੇਂ ਜਾਣਾ ਇਸ ਦੀ ਵਿਸ਼ੇਸ਼ ਜਾਣਕਾਰੀ ਦਿੱਤੀ ਜਾਵੇਗੀ ਇਸ ਸਕੂਲ ਦੀ ਸਾਰੀ ਬਿਲਡਿੰਗ ਫੁੱਲੀ ਏਸੀ ਹੈ ਤੇ ਆਧੁਨਿਕ ਸਹੂਲਤਾਂ ਨਾਲ ਲੈਸ ਹੈ ਇਸ ਸਕੂਲ ਦੇ ਸਾਰੇ ਹੀ ਟੀਚਰ ਬਾਹਰਲੇ ਸੂਬਿਆਂ ਤੋਂ ਹਨ ਵੈਲ ਕੁਆਲੀਫਾਈਡ ਤੇ ਇੰਗਲਿਸ਼ ਬੋਲਣ ਦੇ ਵਿੱਚ ਮਾਹਿਰ ਹਨ ਮੈਥ ਵਰਗੇ ਸਬਜੈਕਟ ਨੂੰ ਸੌਖੇ ਤੇ ਆਸਾਨ ਤਰੀਕੇ ਨਾਲ ਸਮਝਾਉਣ ਲਈ ਇਸ ਸਕੂਲ ਵਿੱਚ ਵੈਦਿਕ ਮੈਥਡ ਨੂੰ ਲੈ ਕੇ ਆ ਰਹੇ ਹਨ ਇੰਨੀ ਵੱਡੀ ਲਾਇਬ੍ਰੇਰੀ ਹੈ ਜਿਸ ਵਿੱਚ ਦੁਨੀਆ ਭਰ ਦੀਆਂ ਕਿਤਾਬਾਂ ਨੇ ਜਿਨ੍ਹਾਂ ਨੂੰ ਤੁਸੀਂ ਪੜ੍ਹ ਕੇ ਦੁਨੀਆ ਭਰ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਤੇ ਇੰਗਲਿਸ਼ ਵਰਗੇ ਸਬਜੈਕਟ ਨੂੰ ਸੌਖੇ ਤਰੀਕੇ ਨਾਲ ਸਿੱਖਣ ਲਈ ਇਹ ਇੰਗਲਿਸ਼ ਦਾ ਖਾਸ ਪ੍ਰੋਗਰਾਮ ਵੀ ਲੈ ਕੇ ਆ ਰਹੇ ਹਾਂ ਇੱਥੇ ਬੱਚੇ ਨਾ ਸਿਰਫ ਪੰਜਾਬ ਅਤੇ ਭਾਰਤ ਦੇ ਸੱਭਿਆਚਾਰ ਬਾਰੇ ਜਾਣੂ ਹੋਣਗੇ ਬਲਕਿ ਪੂਰੇ ਵਰਲਡ ਦੇ ਸੱਭਿਆਚਾਰ ਬਾਰੇ ਜਾਣੂ ਹੋਣਗੇ ਇਸ ਸਕੂਲ ਵਿੱਚ ਬੱਚਿਆਂ ਦੇ ਨੈਤਿਕ ਪੱਧਰ ਨੂੰ ਉੱਚਾ ਚੁੱਕਣ ਲਈ ਲਾਈਫ ਸਟਾਈਲ ਪ੍ਰੋਗਰਾਮ ਲੈ ਕੇ ਆ ਰਹੇ ਨੇ ਸਹੂਲਤਾਂ ਹੁਣ ਤਾਂ ਮੇਰਾ
ਵੀ ਦਾਖਲਾ ਲੈਣਾ ਯਾਰ। ਤੂੰ ਰਹਿਣ ਦੇ ਭਰਾ ਦੇ ਬੱਚਿਆਂ ਨੂੰ ਜ਼ਰੂਰ ਲਵਾਈ। ਹਾਂ ਇਹ ਗੱਲ ਠੀਕ ਆ, ਤੇ ਮੇਰੀ ਗੱਲ ਸੁਣ, ਸੀਟਾਂ ਲਿਮਟਡ ਆ, ਲਿਮਟਡ ਆ, ਦਾਖਲੇ ਸ਼ੁਰੂ ਹੋ ਚੁੱਕੇ ਆ, ਅੱਛਾ ਜਲਦੀ ਕਰ। ਹਾਂ ਚੱਲ ਠੀਕ ਆ। ਜੇ ਤੈਨੂੰ ਇਸ ਸਕੂਲ ਬਾਰੇ ਹੋਰ ਜਾਣਕਾਰੀ ਚਾਹੀਦੀ ਆ ਤਾਂ ਭਗਤੇ ਇਹਨਾਂ ਦਾ ਆਫਿਸ ਹੈ ਭਗਤੇ। ਹਾਂ ਠੀਕ ਆ, ਉੱਥੋਂ ਸਾਰੀ ਜਾਣਕਾਰੀ ਮਿਲ ਜੂ। ਚੱਲ ਠੀਕ ਆ, ਉੱਥੇ ਮੈਂ ਅੱਜ ਹੀ ਜਾਣਾ। ਜਾ ਫਿਰ। ਹਾਂ ਚੱਲ ਠੀਕ ਆ। ਮੈਂ ਇਹਨਾਂ ਸਾਰੇ ਲੋਕਾਂ ਨੂੰ ਵੀ ਦੱਸਦਾ। ਬਿਲਕੁਲ। ਹੁਣ ਅਗਲੇ ਪਿੰਡ ਜਾ ਕੇ ਹੋਰਾਂ ਨੂੰ ਵੀ ਦੱਸੀਏ। ਬਿਲਕੁਲ ਸਹੀ ਗੱਲ ਆ। ਚਲੋ ਚਲੋ ਫਿਰ ਕਾਫਲੇ ਤੋਰੀਏ। ਚਲੋ ਬਹੁਤ ਬਹੁਤ ਧੰਨਵਾਦ ਜੀ।